ਤੇਰੇ ਆਸਰਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਾਈਵ ਹੋ ਗਿਆ ਜੀ, ਦੋ ਬੰਦੇ ਦੇਖਣ ਲੱਗ ਪਏ। ਤੇ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਾਂ ਮੈਂ ਜੀ ਤੁਹਾਡਾ ਆਪਣਾ ਇੰਦਰ ਪੰਡੋਰੀ। ਸੋ ਮੇਰੇ ਨਾਲ ਵੀਰਾ ਕੁਮਾਰ ਸੰਨੀ ਭਾਜੀ, ਬਹੁਤ ਵਧੀਆ ਰਾਈਟਰ, ਹਰਮਨ ਜੀਮਾ, ਪ੍ਰਦੀਪ ਭਾਜੀ, ਅਕਸ਼ੇ ਜਨੇਜਾ, ਹੱਥ ਖੜੇ ਕਰੀ ਜਾਓ, KV302 ਸਾਰੇ ਅਟਵਾਲ ਵੀਰਾ, ਸਾਰੇ ਮਗਰ ਆ ਜਾਓ, ਮੋਹਿਤ ਮੋਹਿਤ। ਤੇ ਮੈਂ ਦੱਸਣਾ ਚਾਹੁੰਦਾ ਜੀ, ਅੱਜ ਸ਼ੂਟ ਚੱਲ ਰਿਹਾ ਨਾਸਾ ਗਾਣੇ ਦਾ, ਇੱਥੇ ਗਾਵਾਂ ਨਾ ਵੀਰੇ, ਨਾਸਾ ਗਾਣੇ ਦਾ ਸ਼ੂਟ ਚੱਲ ਰਿਹਾ ਤੇ ਮੈਲਬਨ ਥੋੜਾ ਜਿਹਾ ਗਾਇਆ ਸੀਗਾ ਮੈਲਬਨ ਦੇ ਸ਼ੋਅ ਦੇ ਵਿੱਚ ਚੀਮੇ ਨੇ, ਉਸ ਤੋਂ ਬਾਅਦ ਬਹੁਤ ਸਾਰੇ ਮੈਸੇਜ ਆਉਣ, 302 ਮੈਲਬਨ ਰੈਪਰ ਭਾਜੀ ਤੇ ਬਾਕੀ ਸਾਰੇ ਆਪਣੇ ਜਿੰਨੇ ਵੀ ਅਟਵਾਲ ਭਾਜੀ ਤੇ ਮੋਹਿਤ ਵੀਰਾ ਤੇ ਸਾਰੇ ਆਪਣੇ ਜਿੰਨੇ ਬ੍ਰਾਊਨ ਪ੍ਰਿੰਸ ਵੀਰੇ ਨੇ ਮਿਊਜ਼ਿਕ ਕੀਤਾ ਤੇ ਸਪੈਸ਼ਲ ਥੈਂਕਸ ਕਰਦੇ ਆ। ਹਾਂ, ਕੁਮਾਰ ਸੰਨੀ ਭਾਜੀ ਆਏ, ਸਪੈਸ਼ਲ ਥੈਂਕਸ ਭਾਜੀ ਦਾ ਭਾਈ ਜਿਹੜੀ ਕੁਮਾਰ ਵੀਰੇ ਦਾ ਗਾਣਾ ਆਇਆ ਸੀ, ਜੱਟ ਦਾ ਦਿਮਾਗ ਖਰਾਬ ਰਹਿੰਦਾ ਮਿਸਤਰੀ ਦਾ। ਤੇ ਬਾਕੀ ਰਾਣਾ ਆਲੂ ਵਾਲੀਆ ਭਾਜੀ, ਉਹਨਾਂ ਦਾ ਬਹੁਤ ਬਹੁਤ ਥੈਂਕਸ, ਉਹਨਾਂ ਦੀ ਕੰਪਨੀ ਦੇ ਵਿੱਚੋਂ ਗਾਣਾ ਕਰ ਰਹੇ ਹਾਂ ਦੇਸੀ ਬੀਟਸ ਰੈਕਰਡ ਦੇ ਵਿੱਚੋਂ। ਸੋ ਰਾਣਾ ਆਲੂ ਵਾਲੀਆ ਭਾਜੀ ਦਾ ਬਹੁਤ ਬਹੁਤ ਤੇ ਬ੍ਰਾਊਨ ਪ੍ਰਿੰਸ ਆ ਸਾਡੇ ਬ੍ਰਾਊਨ ਪ੍ਰਿੰਸ ਜੀ, ਇਹ ਬ੍ਰਾਊਨ ਪ੍ਰਿੰਸ ਹਾਂਜੀ, ਬ੍ਰਾਊਨ ਪ੍ਰਿੰਸ ਜੀ ਸਾਡੇ ਮਿਊਜ਼ਿਕ ਡਾਇਰੈਕਟਰ, ਇਹਨਾਂ ਨੇ ਬਹੁਤ ਵਧੀਆ ਰੀਜ ਨਾਲ ਬਣਾਇਆ ਜੀ ਆਪਣਾ ਗਾਣਾ ਤੇ ਬਹੁਤ ਮਿਹਨਤ ਕਰਾਈ ਜੀ ਤੇ ਬਹੁਤ ਜ਼ਿਆਦਾ ਮਿਹਨਤ ਕਰਾਈ ਭਾਜੀ ਨੇ ਜੀ। ਇਹ ਤੇ ਪ੍ਰਦੀਪ ਭਾਜੀ ਵੀ ਪਹੁੰਚੇ ਆ ਸ਼ੂਟ ਤੇ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਵੀ ਪਹੁੰਚਿਆ ਜੀ ਉਹਦੇ ਸ਼ੂਟ ਤੇ ਤੇ ਸਵੇਰ ਦੇ ਲੱਗੇ ਹੋਏ ਅੱਜ, ਕਿੰਨੇ ਵਜੇ ਪਹੁੰਚੇ ਆਪਾਂ? 6 ਵਜੇ ਚੰਡੀਗੜ੍ਹ ਤੋਂ ਤੁਰਿਆ ਸੀ ਅੰਦਰ ਤੇ ਸਵੇਰ ਦੇ ਲੱਗੇ ਆ, ਆਸ ਕਰਦੇ ਆ ਕਿ ਜਿੱਦਾਂ ਤੁਸੀਂ ਪਹਿਲੇ ਗਾਣੇ ਨੂੰ ਪਿਆਰ ਦਿੱਤਾ ਤੇ ਇੰਦਰ ਭਰਾ ਨੇ ਗਾਣਾ ਗੱਡੇ ਪਿਆ ਨਾਸਾ, ਤੇ ਥੋੜਾ ਜਿਹਾ ਤੁਸੀਂ ਸੁਣਿਆ ਤੁਸੀਂ ਇੰਨਾ ਪਿਆਰ ਦਿੱਤਾ ਨਾਸਾ ਗਾਣੇ ਨੂੰ, ਉੱਥੇ ਮੈਲਬੋਰਨ ਗਾਇਆ ਸੀਗਾ ਪਹਿਲੀ ਵਾਰੀ ਉਦੋਂ ਤੇ ਇੰਨਾ ਪਿਆਰ ਮਿਲਿਆ ਤੇ ਅਸੀਂ ਪਹਿਲਾਂ ਚੈੱਕ ਹੀ ਕਰਨਾ ਸੀ ਪਰ ਸਾਨੂੰ ਹੁਣ ਨਾਸਾ ਪਹਿਲਾਂ ਕਰਨਾ ਪਿਆ, ਇੰਨੇ ਮੈਸੇਜ ਫੋਨ ਆ ਰਹੇ ਆ ਤੇ ਅਸੀਂ ਬਹੁਤ ਛੇਤੀ ਇਹਨੂੰ ਕਵਰ ਕੀਤਾ। ਆਕਾਸ਼ ਅਕਸ਼ੇ ਅਕਸ਼ੇ ਭਰਾ ਨੇ ਸਾਡਾ ਰਹਾਣੇ ਤੋਂ ਮੇਰਾ ਵੀਰ, ਤੇ ਬਹੁਤ ਵਧੀਆ ਸ਼ੂਟ ਕੀਤਾ ਵੀਰੇ ਨੇ ਤੇ ਅੱਜ ਸ਼ੂਟ ਕੰਪਲੀਟ। ਸ਼ੂਟ ਚੱਲ ਰਿਹਾ ਜੀ ਰਿਹਾਣਾ ਜੱਟਾਂ ਪਿੰਡ, ਬਹੁਤ ਇਤਿਹਾਸਕ ਪਿੰਡ ਅਕਸ਼ੇ ਜੀ ਨੇ ਕੁਮਾਰ ਸੰਨੀ ਭਾਈ ਦਾ ਟਾਈਮ ਕੱਢ ਕੇ ਆਏ ਵੀਰੇ ਦਾ ਬਹੁਤ ਬਹੁਤ ਥੈਂਕ ਯੂ, ਤੇ ਵਿੱਕੀ ਘੇੜਾ ਭਾਈ ਬਹੁਤ ਟਾਈਮ ਕੱਢ ਕੇ ਪਹੁੰਚੇ ਦੇ ਵਿੱਚ ਤੇ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਪੈਸ਼ਲੀ ਸਾਡੀ ਕੰਪਨੀ ਦਾ ਜੀ ਡੈਸੀਬਿਟ ਰਿਕਾਰਡਸ ਰਿਕਾਰਡ ਲਾਗੇ ਛਾਗੇ। ਆਪਾਂ 1-2 ਦਿਨਾਂ ਦੇ ਵਿੱਚ ਫਾਈਨਲ ਡੇਟ ਦੱਸ ਦਾਂਗੇ ਪਰ 20 ਤਰੀਕ ਦੇ ਲਾਗੇ ਛਾਗੇ ਅਸੀਂ ਵੀਡੀਓ ਰਿਲੀਜ਼ ਕਰ ਰਹੇ ਹਾਂ ਤੇ ਇੱਕ ਬਹੁਤ ਗਵਰਨਮੈਂਟ ਇੱਕ ਹੋਰ ਆਪਾਂ ਕਰਦੀ ਆ ਮਲੇਸ਼ੀਆ ਟੂਰ ਲੋਹੜੀ ਮੇਲਾ ਜੀ, ਸੋ ਆਪਾਂ ਉੱਥੇ ਵੀ 13 ਤਰੀਕ ਨੂੰ ਮਲੇਸ਼ੀਆ ਕੋਲਾ ਲੰਪੁਰ ਸ਼ਹਿਰ 11 ਤਰੀਕ ਨੂੰ ਪਹੁੰਚਣਾ ਸੀ ਉੱਤੇ, ਹਾਂਜੀ 2 ਦਿਨ ਪ੍ਰਮੋਸ਼ਨ ਉੱਥੇ ਕਰਾਂਗੇ ਆਪਾਂ ਤੇ ਸਾਰਿਆਂ ਨੇ ਪਹੁੰਚਣਾ ਜ਼ਰੂਰ ਹੈ ਜੀ। ਹਾਂਜੀ ਉੱਥੇ ਪੌਲ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ, ਉਹਨਾਂ ਨੇ ਸਾਰਾ ਸ਼ੋਅ ਅਰੇਂਜ ਕੀਤਾ, ਸੋ ਪਹਿਲੀ ਵਾਰੀ ਮਲੇਸ਼ੀਆ ਗਾਉਣ ਜਾਣਾ, ਉੱਦਾਂ ਆਪਾਂ ਗਏ ਤਾਂ 2-3 ਵਾਰੀ ਆ ਪਹਿਲਾਂ ਘੁੰਮ ਫਿਰ ਕੇ ਆਏ ਸੀਗੇ, ਸੋ ਉਹ ਵੀਰੇ ਹੁਣੀ ਕਰ ਰਹੇ ਆ, ਸੋ ਬਹੁਤ ਵਧੀਆ ਉੱਥੇ ਮੇਲਾ ਹੋਊਗਾ ਤੇ ਜਿਹੜੇ ਵੀ ਉੱਥੇ ਪੰਜਾਬੀ ਭਰਾ ਆਪਣੇ ਜਿੰਨੇ ਵੀ ਵੱਸਦੇ ਆ ਸਾਰੇ ਟਾਈਮ ਕੱਢ ਕੇ ਉੱਥੇ ਜ਼ਰੂਰ ਪਹੁੰਚਣ, ਤੇ ਗੁਰਦੁਆਰਾ ਸਾਹਿਬ ਦੇ ਕੋਲ ਲੋਕੇਸ਼ਨ ਆ, ਪੋਸਟਰ ਦੇ ਉੱਤੇ ਪ੍ਰੋਪਰ ਐਡਰੈਸ ਲਿਖਿਆ ਗਿਆ, ਸੋ ਏਦਾਂ ਯਾਦ ਨਹੀਂ ਹੈਗਾ, ਨਾਮ ਥੋੜਾ ਜਿਹਾ ਔਖਾ ਆ, ਤੇ ਬਾਕੀ ਹਰਮਨ ਜੀਮਾ ਵੀ ਨਾਲ ਆਪਣੇ ਜਾ ਰਿਹਾ, ਪ੍ਰਦੀਪ ਭਾਜੀ ਵੀ ਅਚਾਨਕ ਨੀ ਆਉਂਦਾ ਝੜਕੇ ਪਹਿਲਾਂ ਹੁਸ਼ਿਆਰ ਕਰਦਾ, ਉਹ ਭਾਵੇਂ ਨਾਸਾਂ ਵਾਲਿਆਂ ਤੋਂ ਪੁੱਛ ਲਈ ਚੀਮਾ ਕਿੱਥੋਂ ਤੱਕ ਮਾਰ ਕਰਦਾ, ਤੇ ਗਾਣਾ ਬਹੁਤ ਘੈਂਟ ਬਣਿਆ ਜੀ ਇਹ, ਇੰਦਰ ਪੰਡੋਰੀ ਜੀ ਨੇ ਲਿਖਿਆ ਜੀ, ਬਹੁਤ ਘੈਂਟ ਗਾਣਾ, ਗਾਡਰ ਗਾਣਾ, ਤੇ ਭਾਜੀ ਸਾਡੇ ਬ੍ਰਾਊਨ ਪ੍ਰਿੰਸ ਵੀਰੇ ਨੇ ਮਿਊਜ਼ਿਕ ਤਿਆਰ ਕੀਤਾ ਜੀ, ਸਪੈਸ਼ਲ ਥੈਂਕਸ ਸਾਡਾ ਇੰਦਰ ਆਪਣਾ ਪ੍ਰਦੀਪ ਜੀਤ ਜੀ ਦਾ, ਪ੍ਰਦੀਪ ਜੀਤ ਜੀ ਦਾ ਤੇ ਵਿੱਕੀ ਘੇੜਾ ਜੀ, ਤੇ ਇਹਨਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਜੀ, ਸਨੀ ਵੀਰਾ ਤੇ ਸਨੀ ਭਾਜੀ ਜੋ ਵੀ ਆ ਪਤਾ ਨੀ ਕੀ ਬਾਕੀ ਇਹਨਾਂ ਭਰਾਵਾਂ ਕਰਕੇ ਅੱਜ ਇੱਥੇ ਆ, ਜੋ ਵੀ ਭਾਈ ਦਾ ਗਾਣਾ ਕਰ ਰਹੇ ਆ ਭਾਜੀ ਦੇਣਗੇ ਤਾਂ, ਤੇ ਬਾਕੀ ਲਵ ਯੂ ਸਾਰਿਆਂ ਨੂੰ ਦਿਲੋਂ ਪਿਆਰ, ਮੇਰੇ ਜਿੰਨੇ ਫੈਨਸ ਆਸਟ੍ਰੇਲੀਆ, ਕੈਨੇਡਾ, ਨਿਊਯਾਰਕ, ਮੈਲਬਰਨ, ਟੋਰਾਂਟੋ, ਬ੍ਰੈਂਪਟਨ, ਨਿਊਯਾਰਕ, ਪਾਕਿਸਤਾਨ, ਬ੍ਰਾਜ਼ੀਲ ਤੇ ਯੂਨਾਈਟਿਡ ਕਿੰਗਡਮ, ਮਲੇਸ਼ੀਆ, ਦੁਬਈ ਹੋ ਗਿਆ, ਕੁਵੈਤ ਤੇ ਬਾਕੀ ਹੋਰ ਫਿਲਪੈਨ,
ਤੇ ਬਾਕੀ ਹਾਂਗਕਾਂਗ ਜੇ ਗਾਣਾ ਲੈਣਾ ਮੋਨਾ ਕਲਾ ਕਹਿਣੇ ਪੈਣੇ ਮੋਨਾ ਕਲਾ ਮੋਨਾ ਕਲਾ ਇਹ ਭਾਈ ਦਾ ਪਿੰਡ ਆ ਭਾਈ ਦਾ ਤੇ ਬਾਕੀ ਲਵ ਯੂ ਸਾਰਿਆਂ ਨੂੰ ਆਈ ਲਵ ਯੂ ਬਗਾਣੇ ਵਾਲੇ ਯਾਰ ਓਏ ਹੋ ਤੇ ਬਗਾਣੇ ਵਾਲੇ ਭਾਈ ਪ੍ਰਦੀਪ ਜੀ ਨੇ ਇਧਰ ਪਰਮੇਸ਼ ਆ ਗਈ ਜੀ ਤੇ ਆਪਣੇ ਅਜੀਤ ਸਾਹਿਬ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਬਿਲਕੁਲ ਬਹੁਤ ਬਹੁਤ ਤੁਸੀਂ ਪਿਆਰ ਦਿੱਤਾ ਜੀ ਪਹਿਲੇ ਗਾਣੇ ਨੂੰ ਬਿਲਕੁਲ ਜੀ ਤੇ ਤਿਆਰ ਹੈ ਜੀ ਫਿਰ ਅਗਲਾ ਗਾਣਾ ਨਾਸਾ ਰਿਕਾਰਡਸ ਹੁਣ ਥੱਲਿਓ ਕਮੈਂਟ ਨਾ ਜਾਵੇ ਵੀਰੇ ਆਵਾਜ਼ ਨਹੀਂ ਆਉਂਦੀ ਬਹੁਤ ਜ਼ੋਰ ਲੱਗ ਰਿਹਾ ਮੈਨੂੰ ਲੱਗਦਾ ਬੈਟਰੀ ਜਾਣ ਵਾਲੀ ਆ ਵੀਰੇ ਕਰਦੇ ਬੰਦ ਵੀਰੇ ਨਹੀਂ ਨਹੀਂ ਜੀ ਸਰ ਮਲੇਸ਼ੀਆ ਹੁਣ ਉੱਥੋਂ ਆਪਾਂ ਲਾਈਵ ਹੋਵਾਂਗੇ ਅਗਲਾ ਤੇ ਸ਼ੂਟ ਡਨ ਹੋ ਗਿਆ ਜੀ ਸਾਰਾ ਅਕਸ਼ੇ ਦੇ